ਖੇਤਰ ਦੇ ਕਸਬਾ ਸ਼ਾਹਬਾਦ ਨਜ਼ਦੀਕ ਜੀਟੀ ਰੋਡ ਤੇ ਤਨਤੋੜੀ ਨਜ਼ਦੀਕ ਹਰਿਆਣਾ ਰੋਡਵੇਜ਼ ਦੀ ਬੱਸ ਦੇ ਪੁਲ ਤੋਂ ਥੱਲੇ ਡਿੱਗਣ ਨਾਲ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਹਰਿਆਣਾ ਰੋਡਵੇਜ਼ ਬੱਸ ਦਾ ਚਾਲਕ ਬੱਸ ਨੂੰ ਆਲੂਆਂ ਨਾਲ ਭਰੀ ਟਰੈਕਟਰ ਟਰਾਲੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਇਸੇ ਦੌਰਾਨ ਬੱਸ ਦਾ ਸੰਤੁਲਨ ਵਿਗੜਨ ਕਾਰਨ ਬੱਸ ਪੁਲ ਤੋਂ ਹੇਠਾਂ ਡਿੱਗ ਗਈ। ਵੱਡੀ ਗੱਲ ਇਹ ਰਹੀ ਕਿ ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ, ਪਰ ਬੱਸ ਵਿੱਚ ਸਵਾਰ 25 ਦੇ ਕਰੀਬ ਸਵਾਰੀਆਂ ਫੱਟੜ ਜ਼ਰੂਰ ਹੋ ਗਈਆਂ ਨੇ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। चंडीगढ़ से आ रही थी और ये ट्रैक्टर ट्राली आलू का भरा हुआ था, इससे इम्बैलेंस होया है और हरियाणा रोडवेज की बसेस खड़क रही और फ्लाईओवर से ये सीधे खेतों में जाके गिरी है और 30-25 आदमी इसमें इंजर्ड हुए। कोई